ओए तू सरपंच साहब का मुंडा नहीं, तू इस वेले इत्थे की करदा? अमन हाय हाय पुत, तू इत्थे की करी जा रहा? मैं तेनू तो मगर लभी जा रहा, तू इत्थे की कर रहा? की गल फौजी साहब, तुसी इत्थे बंदूकां को सिद्धियां कीतियां ने जी? ओए अद्धी रात नू तारां कोले घूमदा है, होर इहनू सलामी देईए? ਇਹ ਤਾਂ ਸਰਪੰਚ ਸਾਹਿਬ ਦਾ ਮੁੰਡਾ ਹੈ, ਇਸ ਕਰਕੇ ਸਹੀ ਸਲਾਮਤ ਖੜਾ ਹੈ, ਨਹੀਂ ਤਾਂ ਕਦੋਂ ਦਾ ਲਾਸ਼ ਬਣ ਗਿਆ ਹੁੰਦਾ। ਸਦਕੇ ਜਾਵਾਂ ਜੀ, ਮੈਂ ਤੁਹਾਡੀ ਡਿਊਟੀ ਦੇਖ, ਬਿਲਕੁਲ ਸਹੀ ਜੀ, ਉਹ ਤੁਸੀਂ ਤਾਂ ਇੱਥੇ ਚਿੜੀ ਵੀ ਨਹੀਂ ਫੜਕਣ ਦਿੰਦੇ। ਪਰ ਫੌਜੀ ਸਾਹਿਬ ਗੱਲ ਇੰਝ ਹੈ ਕਿ ਆਹ ਪਤੰਦਰ ਨੂੰ ਨਾ ਨੀਂਦ 'ਚ ਤੁਰਨ ਫਿਰਨ ਦੀ ਆਦਤ ਹੈ, ਅਤੇ ਆਹ ਵਿਚਾਰਾ ਤੁਰਦਾ ਤੁਰਦਾ ਵੇਖੋ ਇੱਥੇ ਆ ਗਿਆ, ਉਹ ਵੀ ਬਿਨਾਂ ਬ੍ਰੇਕਾਂ ਤੋਂ। ਜੇ ਆਹ ਬਾਰਡਰ ਦੀਆਂ ਤਾਰਾਂ ਨਾ ਨਾ ਹੁੰਦੀਆਂ ਜੀ, ਤਾਂ ਇਹਨੇ ਤਾਂ ਬਾਰਡਰ ਪਾਰ ਟੱਪ ਹੀ ਜਾਣਾ ਸੀਗਾ। ਨਾਲੇ ਉਹ ਕਹਿੰਦੇ ਨੇ ਜੀ ਕਿ ਇੱਕ ਮਿਲੀ ਕਮਲੀ ਅਤੇ ਦੂਜੀ ਪੈ ਗਈ ਸਿਵਿਆ ਦੇ ਰਾਹ। ਉਹ ਸੱਚ ਸਿਵਿਆ ਤੋਂ ਯਾਦ ਆਇਆ ਜੀ ਕਿ ਇੱਕ ਵਾਰੀ ਇੱਦਾਂ ਨੀਂਦ 'ਚ ਤੁਰਦਾ ਤੁਰਦਾ ਸਿਵਿਆ ਵੱਲ ਤੁਰ ਪਿਆ ਸੀ ਜੀ, ਪੂਰੇ ਪਿੰਡ ਦਾ ਸਾਹ ਹੀ ਸੁੱਕ ਗਿਆ, ਆਖੇ ਪੂਰੇ ਸਿਵਿਆ 'ਚ ਭੂਤ ਫਿਰਦਾ ਹੈ ਜੀ। ਅਤੇ ਇੱਕ ਰੱਬ ਦਾ ਕ੍ਰਿਸ਼ਮਾ ਵੇਖੋ ਜੀ, ਜਦੋਂ ਇਹਨੂੰ ਸਵੇਰ ਨੂੰ ਜਾਗ ਆਉਂਦੀ ਹੈ ਨਾ ਜੀ, ਤਾਂ ਇਹਨੂੰ ਕੁਝ ਯਾਦ ਨਹੀਂ ਰਹਿੰਦਾ। ਤੁਹਾਨੂੰ ਨਹੀਂ ਯਕੀਨ, ਤੁਸੀਂ ਆਪ ਦੇਖ ਲਓ। ਸੁਰਜਨ, ਉਹ ਮੈਂ ਇੱਥੇ ਕਿਵੇਂ? ਨਾਲੇ ਮੈਂ ਤਾਂ ਘਰੇ ਸੁੱਤਾ ਪਿਆ ਸੀ, ਤੇ ਤੂੰ ਇੱਥੇ ਕੀ ਕਰਦਾ? ਵੇਖਿਆ ਸਰ, ਇਹਨੂੰ ਕੁਝ ਯਾਦ ਹੀ ਨਹੀਂ, ਤੁਸੀਂ ਆਪ ਹੀ ਦੇਖ ਲਓ। ਓਏ ਜੁੱਤੀ ਪਾ ਕੇ ਕੌਣ ਸੌਂਦਾ? ਅੱਛਾ ਜੁੱਤੀਆਂ ਜੀ। ਸਰ ਜੀ, ਜਦੋਂ ਨੂੰ ਇਹਨੂੰ ਨਾ ਆਹ ਬਹੁਤ ਭੈੜੀ ਬਿਮਾਰੀ ਲੱਗੀ ਹੈ ਨਾ ਜੀ, ਇਹ ਤਾਂ ਵਿਚਾਰਾ ਨੰਗੇ ਪੈਰੀਂ ਨਿਕਲ ਜਾਂਦਾ, ਅਤੇ ਜਦੋਂ ਇਹਨੂੰ ਸਵੇਰ ਨੂੰ ਇਹਦੀ ਜਾਗ ਖੁੱਲਦੀ ਹੈ ਨਾ ਜੀ, ਤਾਂ ਵਿਚਾਰੇ ਦੇ ਸਾਰੇ ਪੈਰ ਛਿੱਲੇ ਹੁੰਦੇ ਨੇ। ਫਿਰ ਘਰਦਿਆਂ ਨੇ ਜੀ ਇਹਨੂੰ ਜੁੱਤੀ ਪਵਾ ਕੇ ਸੁਆਉਣਾ ਸ਼ੁਰੂ ਕਰਤਾ। ਮੈਨੂੰ ਤਾਂ ਲੱਗਦਾ ਹੈ ਕਿ ਇਹਨੂੰ ਅਗਲੀ ਵਾਰੀ ਮੱਝ ਦਾ ਸੰਗਲ ਭਰਨਾ ਪੈਣਾ ਹੈ। ਭਾਜੀ ਸਾਹਿਬ, ਤੁਸੀਂ ਨਾ ਸਾਡੀ ਬਸ ਆਹ ਵਾਲੀ ਗਲਤੀ ਮਾਫ ਕਰ ਦਿਓ, ਅੱਗੇ ਤੋਂ ਇੱਦਾਂ ਨਹੀਂ ਹੁੰਦਾ ਜੀ। ਮੈਂ ਇਹਨੂੰ ਲੈ ਕੇ ਚੱਲਦਾ, ਆ ਜਾ ਪੁੱਤ। ਓਏ ਰੁਕੋ, ਇਹਨਾਂ ਨੂੰ ਘਰ ਛੱਡ ਕੇ ਆਓ। ਓਏ ਪਹਿਲਾਂ ਵੀ ਤੁਹਾਨੂੰ ਦੋ ਵਾਰ ਮਾਫ ਕੀਤਾ, ਇਹ ਤੁਹਾਡੀ ਆਖਰੀ ਗਲਤੀ ਹੈ। ਅੱਗੇ ਤੋਂ ਕੋਈ ਹਰਕਤ ਕੀਤੀ ਨਾ ਤਾਂ ਲੰਬੇ ਅੰਦਰ ਜਾਓਗੇ। ਚੰਗਾ ਜੀ ਫੌਜੀ ਸਾਹਿਬ, ਇਹ ਤੁਹਾਡੀ ਗੱਲ ਨਾ ਆਪਾਂ ਦਿਮਾਗ ਦੇ ਸੰਦੂਕ 'ਚ ਘਰ ਕਰ ਲਈਆ ਜੀ। ਚੰਗਾ ਜੀ, ਅਸੀਂ ਜਾਈਏ ਹੁਣ ਜੀ। ਮੁੰਡਿਓ, ਇਹਨਾਂ ਨੂੰ ਘਰ ਛੱਡ ਕੇ ਆਓ। ਪਰ ਅਸੀਂ ਚੱਲ ਜਾਂਗੇ ਜੀ, ਕੋਈ ਤਕਲੀਫ ਦੀ ਜ਼ਰੂਰਤ ਹੀ ਨਹੀਂ ਤੁਹਾਨੂੰ। ਕਿਹਾ ਨਾ ਮੁੰਡੇ ਛੱਡ ਕੇ ਆਉਣਗੇ, ਨਾਲੇ ਰਾਤ ਨੂੰ ਬਾਰਡਰ 'ਤੇ ਨਹੀਂ ਘੁੰਮਣਾ। ਲੈ ਜਾਓ। ਕੋਈ ਪਹਿਲਾਂ ਦਿਲ ਦੀਆਂ ਬਲੂਹਾਂ 'ਤੇ ਆ ਕੇ ਰੂਹ ਵਾਲਾ ਬੂਹਾ ਖੜਕਾਵੇ ਤਾਂ ਸਹੀ, ਉਮਰਾਂ ਤੱਕ ਨਾਲ ਤੁਰਨ ਲਈ ਇਸ਼ਕ ਦੀ ਗਲੀ ਆਵੇ ਤਾਂ ਸਹੀ। ਫੌਜੀ ਸਾਹਿਬ, ਘਰ ਛੱਡਣ ਲਈ ਬਹੁਤ ਬਹੁਤ ਧੰਨਵਾਦ। ਚੰਗਾ ਫੌਜੀ ਸਾਹਿਬ, ਹੁਣ ਤੁਸੀਂ ਜਾਓ, ਅਸੀਂ ਫਿਰ ਮਿਲਦੇ ਹਾਂ। ਨਹੀਂ, ਮੈਂ ਕਰਕੇ ਅੰਦਰ ਛੱਡ ਕੇ ਆਉਂਦਾ। ਬੱਜ ਗਏ ਬੱਜੇ। ਸਰਪੰਚ ਸਾਹਿਬ, ਕੌਣ ਆ ਭਈ? ਆ ਗਿਆ। ਸਤਿ ਸ਼੍ਰੀ ਅਕਾਲ ਜੀ ਅਫਸਰੋ, ਤੁਸੀਂ ਇਸ ਵੇਲੇ ਇੱਥੇ?
की गल है, इन्होंने कोई फिर पुठा सीधा काम तो नहीं कर दिता? ना जी ना सरपंच साहब, थोड़े मुंडे नू नींद च तुरन की बीमारी है ना। ये बेचारा तुरदा तुरदा बार्डर दियां तारां ते पहुंच गया सी। ये तां असी पछाण लिया कि थोड़ा मुंडा है, इसे करके असी इत्थे लै आए। नहीं तां असी कुछ भैटिए समझ गए, इहनूं सोचता सी अज्ज तुहाडा मुंडा जाण के असी कोई कारवाई नहीं कीती। अगे तो ध्यान रखियो। सत श्री अकाल जी। तुहाडा बहुत बहुत धन्नवाद जी। सत श्री अकाल। बापू जी ओ ये की कर रहे हो? ये तो सच्ची बीमार है बेचारा। कई दिनों तो फोन इको टक देखी जा रहा सी ते कहंदा वजी जान दे, मैं नहीं चकना तेनू। तानी केड़ी कल्याणी ने मेरे पुत ते टूना करता, ये तो दिनों दिन लिस्ता हुंदा जांदा। अपनी जबान नूं दंदा थले चप लै, नहीं ते चाचे दी जुत्ती ने ना तेरे गल्लां दियां पुकियां लै लैनियां ई। मैनूं गल करन दे चाचा जी। बस असीं दोवें ना तुसीं तां सारियां निकम्मे पुणे दियां हद्दां ही पार कर छड्डियां। तुही की सोचा क्या ताड़ी मैं झूठ में चलन वाली आदत हूं सच मान लूंगा? सुनिया वो अफसर की कह के गया, वो गल पल्ले पई आ के उपरों दी लंघ गया। दस बार्डर दियां तारां दे कोल की लैण गया सी? तू की सोचा ही? ते तेरा प्यो सरपंच वा कि जो मर्जी करता फिर बार्डर वा बार्डर, तेरे प्यो का बाग नहीं आ कि जिथे मर्जी वारा कर दिया करता फिर। रब ने तेरी खोपड़ी चा दिमाग दिता वा, इन वरत लिया कर। हूं कुछ बोलेगा भी जी। पाकिस्तान जा रहा सी ना तू? की कह रहे हो वीर जी? पाकिस्तान जा रहा सी? तू बॉर्डर पार करके पाकिस्तान जा रहा सी? बोलदा क्यों नहीं? पाकिस्तान जाना चाहना तू? आयो मेरे रब्बा। बस कर दिए, और कोई नहीं बोलूंगा। क्यों क्या सी तू थे? जे फौजी गोली मार देने तो फिर मैं सब जानता हाँ कि तू उत्थे क्यों गया सीगा। इलमा नूं लभण गया सी ना तू? मेरे कोल तुहाडी हालत नहीं वेखी जांदी। ਤੁਹਾਨੂੰ ਵੇਖ ਕੇ ਨਾ ਮੇਰੇ ਅੰਦਰ ਤੱਕ ਹਿੱਲ ਪੈਂਦੀ ਹੈ। ਮੈਨੂੰ ਮਾਫ਼ ਕਰ ਦਿਓ ਤਾਇਆ ਜੀ, ਮੈਨੂੰ ਮਾਫ਼ ਕਰ ਦਿਓ ਤਾਇਆ ਜੀ। ਮੈਨੂੰ ਐਸੀ ਲੱਗ ਰਿਹਾ ਜਿੱਦਾਂ ਤੁਸੀਂ ਆਪਣੀ ਲਾਜ ਆਪਣੇ ਮੋਢੇ ਵਿੱਚ ਹੀ ਮਿਲਦੇ ਹੋ। ਕੁਝ ਨਹੀਂ ਹੋਇਆ ਮੈਨੂੰ।
पर जे तैनू कुछ हो जाता ना तो अगला साह भी नहीं ले सकना सी मैं। पर एक गल याद रखी, मेरे सह की डोर तेरे सह नाल बजी हुई है पुत्रा, मेरे सह नाल बजी हुई। न्याणपुणा छड़ दे, तेरी रूह च मेरी रूह वसदी है पुत्रा। काश के ऐसा असर मेरिया दुआवां च निकले, मेरी आखरी हिचकी भी उदियां बाहां च निकले। वीर जी, ओए उदियाल, ओ की होया तेनू? मेरे तो बहुत वड्डी भूल हो गई है वीर जी, मैनू माफ कर दियो। एक कमला ना होए तां ओ इंज रोईदा नहीं हुंदा मेरे वीर, की होया तेनू? ए किन्ने मतलबी आ ना वीर जी, जदों पाकिस्तान तो उजड़ के इत्थे आए सी तां तुसीं सानू पालन पोषण लई की कुछ नहीं कीता, किन्नियां तंगियां चाकियां तुसीं, सानू तपती हवा तक नहीं लगन दिती, सानू पढ़ाया लिखाया, एक घर बनाया, साढ़े पैरां विच मखमली फसा के आप कंडियां ते तुरदे रहे। सच कहां वीर जी, असी तुहाडे त्याग ਤੁਹਾਡੇ ਸਿਰੜ ਦਾ ਮੁੱਲ ਤਾਂ ਕੀ ਵਿਆਜ ਵੀ ਨਾ ਦੇ ਸਕੇ। ਸਰ ਗੱਲ ਇਹ ਹੈ ਕਿ ਜਿਹੜਾ ਕੰਮ ਮੈਨੂੰ ਕਰਨਾ ਚਾਹੀਦਾ ਸੀ ਉਹ ਅਮਨੇ ਨੇ ਕਰ ਦਿੱਤਾ, ਮੈਨੂੰ ਅਕਲ ਤੇ ਅੰਨੇ ਨੂੰ ਤੁਹਾਡਾ ਇਕੱਲਾਪਣ ਨਜ਼ਰ ਹੀ ਨਹੀਂ ਆਇਆ, ਮੈਂ ਤੁਹਾਡਾ ਮੁਜਰਮ ਹਾਂ ਵੀਰ ਜੀ, ਮੁਜਰਮ ਹਾਂ। ਓਏ ਕਮਲਿਆ, ਪਰ ਜਦੋਂ ਅਸੀਂ ਉਧਰੋਂ ਉੱਜੜ ਕੇ ਆਏ ਆ ਨਾ ਤੇ ਤੂੰ ਛੋਟਾ ਜਿਹਾ ਹੀ ਤਾਂ ਹੁੰਦਾ ਸਾ, ਬਾਕੀ ਕੌਣ ਕਹਿੰਦਾ ਕਿ ਤੂੰ ਮੇਰੇ ਲਈ ਕੁਝ ਨਹੀਂ ਕੀਤਾ, ਤੂੰ ਮੇਰਾ ਖਿਆਲ ਰੱਖਿਆ, ਇਸ ਘਰ ਦਾ ਖਿਆਲ ਰੱਖਿਆ ਤੇ ਮੇਰੀ ਝੋਲੀ ਅਮਨ ਵਰਗਾ ਹੀਰਾ ਪੁੱਤ ਪਾਇਆ, ਇੱਥੋਂ ਤੱਕ ਇਸ ਪੂਰੇ ਪਿੰਡ ਦਾ ਖਿਆਲ ਰੱਖਿਆ, ਬਾਕੀ ਜੋ ਕੁਛ ਵੀ ਹੋਇਆ ਨਾ ਸਾਡੇ ਨਾਲ ਉਹਦਾ ਕਸੂਰਵਾਰ ਤੂੰ ਥੋੜਾ ਨਾ, ਇਹ ਤਾਂ ਸਭ ਵਕਤ ਦੇ ਹੇਰ ਫੇਰ ਨੇ ਮੇਰੇ ਵੀਰ, ਬਾਕੀ ਇਸ ਦੁਨੀਆਂ ਵਿੱਚ ਨਾ ਕਿਸੇ ਨੂੰ ਵੀ ਸਾਰਾ ਕੁਝ ਨਹੀਂ ਮਿਲਦਾ। ਜਿਹਨੂੰ ਸਾਰੀ ਉਮਰ ਮੈਂ ਵਿਹਲਾ ਨਿਕੰਮਾ ਤੇ ਪਤਾ ਨਹੀਂ ਕੀ ਕੁਝ ਆਖਦਾ ਰਿਹਾ, ਪਰ ਅਸਲ ਵਿੱਚ ਜੁੱਤੀਆਂ ਦਾ ਹੱਕਦਾਰ ਤੇ ਮੈਂ ਵਾਂ। ਓਏ ਇੰਜ ਨਹੀਂ ਕਹੀਦਾ ਕਮਲਿਆ, ਇਹ ਸਭ ਮੱਥੇ ਦੀਆਂ ਤਕਦੀਰਾਂ ਦੇ ਖੇਡ ਨੇ, ਬਾਕੀ ਤੈਨੂੰ ਇੰਜ ਕਿਉਂ ਲੱਗਦਾ ਹੈ ਕਿ ਮੈਂ ਖੁਸ਼ ਨਹੀਂ ਹਾਂ? ਮੈਂ ਬਹੁਤ ਖੁਸ਼ ਹਾਂ, ਜਿੱਥੇ ਅੱਜ ਭਾਈ ਭਾਈ ਨੂੰ ਵੇਖ ਨਹੀਂ ਸਿਖਾਉਂਦਾ ਨਾ ਤੇ ਉੱਥੇ ਆਪਾਂ ਦੋਵੇਂ ਭਾਈ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਥੰਮ ਵਾਂਗ ਖੜੇ ਹਾਂ, ਮੇਰਿਆ ਭੋਲਿਆ ਵੀਰਾ ਥੰਮ ਵਾਂਗ ਖੜੇ ਹਾਂ। ਵੀਰ ਜੀ ਹੌਸਲਾ ਰੱਖ ਮੇਰੇ ਲਈ, ਪਹੁੰਚ ਗਿਆ।
ਕੁੜੀਆਂ ਨੂੰ ਤੇ ਜ਼ਿਆਦਾ ਪੜ੍ਹਨਾ ਚਾਹੀਦਾ, ਪੂਰਾ ਟੱਬਰ ਤਰ ਜਾਂਦਾ। ਕੋਈ ਪਹਿਲਾਂ ਦਿਲ ਦੀਆਂ ਬਰੂਹਾਂ ਤੇ ਆ ਕੇ ਲੂਹ ਵਾਲਾ ਬੂਹਾ ਖੜਕਾਵੇ ਤਾਂ ਸਹੀ, ਉਮਰਾਂ ਤੱਕ ਨਾਲ ਤੁਰਨ ਲਈ ਇਸ਼ਕ ਦੀ ਗਲੀ ਆਵੇ ਤਾਂ ਸਹੀ। ਹਮਨੇ ਇਸ ਨਾਦਾਨ ਦਿਲ ਨੂੰ ਕਿਤਾਬੀ ਸਬਕ ਪੜ੍ਹਾ ਕੇ ਬਹੁਤ ਵੇਖ ਲਿਆ, ਹੁਣ ਕੋਈ ਆਪ ਆ ਕੇ ਸੱਚੇ ਦਿਲ ਨੂੰ ਸੱਚੇ ਪਿਆਰ ਵਾਲਾ ਗ੍ਰੰਥ ਪੜ੍ਹਾਵੇ ਤਾਂ ਸਹੀ। खाला मैं सब ठीक कर दिनी हां, जाफर नूं भी तैयार कर दांगी। ध्यान नाल काम करो, ध्यान नाल। कनीज, जिले लियाही के लिए दूध लाया जाए। ज़रीना पुत्र। जी अबू। की होया मेरी शहजादी, केड़े ख्यालां च गुम है? कुछ नहीं अबू जान। फिर जाफर नूं उल्टा स्वैटर क्यों पवा दिता? दिमाग दी जंग चल रही होवे ना, ता हमेशा दिल दा साथ देना चाहिदा है पुत्र जी। चंगा अबू, मैं हुणे आई। मतलब खदा सरे। कोई असर वसर नहीं। फिर कल रोज तो सानू की होया सी? कुछ नहीं होया, खामोश रह ते सबक याद कर। ਪਹਿਲਾਂ ਦਿਲ ਦੀਆਂ ਬਰੂਹਾਂ ਤੇ ਆ ਕੇ ਲੂਹ ਵਾਲਾ ਬੂਹਾ ਖੜਕਾਵੇ ਤਾਂ ਸਹੀ, ਉਮਰਾਂ ਤੱਕ ਨਾਲ ਤੁਰਨ ਲਈ ਇਸ਼ਕ ਦੀ ਗਲੀ ਆਵੇ ਤਾਂ ਸਹੀ। ਆਪਾ ਆ ਵੇਖੋ ਨਾ। ਕੋਈ ਪਹਿਲਾਂ ਦਿਲ ਦੀਆਂ ਬਰੂਹਾਂ ਤੇ ਆ ਕੇ ਲੂਹ ਵਾਲਾ ਬੂਹਾ ਖੜਕਾਵੇ ਤਾਂ ਸਹੀ, ਉਮਰਾਂ ਤੱਕ ਨਾਲ ਤੁਰਨ ਲਈ ਇਸ਼ਕ ਦੀ ਗਲੀ ਆਵੇ ਤਾਂ ਸਹੀ। ਆਪਾ ਇਹ ਕਿਸ ਦਾ ਨੰਬਰ ਹੈ? ਦਿਲ ਤਾਂ ਤੁਸਾਂ ਦਾ ਵੀ ਕਰਦਾ ਪਿਆ ਏ, ਤਾਂ ਫਿਰ ਚਲੀਏ। ਜ਼ਰੀਨਾ, ਅਲੇ ਹੱਟੀ ਤੋਂ ਸੌਦਾ ਲੈ ਕੇ ਆ। ਖਾਲਾ, ਅਸਾਂ ਪੜ੍ਹ ਰਹੇ ਸਾਂ। ਤੈਨੂੰ ਲਵੇ ਮੌਲਾ, ਇੱਕ ਘੰਟੇ ਤੋਂ ਤੇਰੀ ਤਾਲੀਮ ਹੀ ਨਹੀਂ ਮੁੱਕੀ। ਬਾਨੋ, तू सबक कर जाके याद कर ले। या अल्लाह, दिल ते दिमाग विच कैसी जंग चल रही है? क्यों मेरा ध्यान बार बार फोन वाल जा रहा है? अल्लाह, हुन तुसां ही इस मुश्किल चो कड्डो, तुसां ही दसो मैं की करां। अली मौला, अली मौला, अली मौला, अली मौला कही जा। अल्लाह अल्लाह अल्लाह।
वो इस वेले ही आंदी हुंदी है टेलीफोन सुनन, अज पता नहीं किथे रह गई। कोई चुक लो फोन, सुनदा नहीं पिया। वैसे तो दौड़ा दौड़ा जाना है। हजे तेरी भाभी नूं उड़ीक रहा, वेला नहीं हजे। मैं इस वेले जे रब भी आ जांदा ना ते उहनूं भी मैं आही कहिंदा कि बाई हजे मैं वेला नहीं। किसे काम दा नहीं, ताकतां दा तैनूं। सलाम अलैकुम।